ਵਿਚ ਚੱਲ ਰਹੀ ਸ਼ਬਦ ਗੁਰੂ ਯਾਤਰਾ ਦਾ ਹਲਕਾ ਲੰਬੀ ਪਹੁੰਚਣ ਤੇ ਹਜ਼ਾਰਾਂ ਦੀ ਗਿਣਤੀ ਚ ਇਕੱਠੀ ਹੋਈ ਸੰਗਤ ਨੇ ਭਾਰੀ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਅਤੇ ਉਹਨਾਂ ਨੇ ਗੁਰੂ ਸਾਹਿਬਾਨਾਂ ਦੇ ਹਥਿਆਰਾਂ ਦੇ ਦਰਸ਼ਨ ਵੀ ਕੀਤੇ। ਸਵਾਗਤ ਕੀਤਾ ਗਿਆ ਸੰਗਤਾਂ ਵੱਲੋਂ, ਕਿਸ ਤਰ੍ਹਾਂ ਦਾ ਉਦੇਸ਼? ਦੇਖੋ, ਬੜੀ ਖੁਸ਼ਕਿਸਮਤੀ ਹੈ ਕਿ ਨਗਰ ਕੀਰਤਨ ਇੱਥੇ ਆਇਆ ਔਰ ਦੋ ਤਿੰਨ ਦਿਨ ਇਸੇ ਇਲਾਕੇ ਜੀ ਦਰਸ਼ਨ ਦੇਣੇ। ਇਹ ਇਲਾਕੇ ਦੀ ਬੜੀ ਖੁਸ਼ਕਿਸਮਤੀ ਹੈ, ਬੜਾ ਭਾਗਾ ਵਾਲੇ ਅਸੀਂ ਸਮਝਦੇ ਹਾਂ। ਅਤੇ ਦੇਖੋ, ਅਸਲੀ ਗੱਲ ਹੈ, ਕਿਸਾਨੀ ਮੁਨਾਫਾ ਬਖਸ਼ ਧੰਦਾ ਨਹੀਂ ਰਿਹਾ। ਇਹ ਸਮਝਣਾ ਚਾਹੀਦਾ ਹੈ ਕਿ ਕਿਵੇਂ ਹੋਰ ਕੋਈ ਕਿੱਤਾ ਜਿਹੜਾ ਹੈ ਉਹ ਧਰਨੇ ਨਹੀਂ ਦਿੰਦਾ, ਜਾਂ ਕੋਈ ਖੁਦਕੁਸ਼ੀਆਂ ਨਹੀਂ ਹੁੰਦੀਆਂ, ਸਿਰਫ ਕਿਸਾਨੀ ਜਿਹੜੀ ਹੈ ਉਹ, ਕਿਉਂਕਿ ਉਹ ਉਹਦਾ ਹੱਕ ਠੀਕ ਹੈ, ਮਿਹਨਤ ਕਰਦੇ ਹੈ, ਦੇਸ਼ ਦਾ ਪੇਟ ਵੀ ਭਰਦੇ ਹੈ, ਪਰ ਉਹਨਾਂ ਦੇ ਪੱਲੇ ਕੁਛ ਨਹੀਂ। ਇਸ ਕਰਕੇ ਕੋਈ ਹਾਈ ਲੈਵਲ ਕਮਿਸ਼ਨ ਮੁਕਰ ਕਰਨਾ ਚਾਹੀਦਾ ਹੈ, ਜਿਹੜਾ ਇਹ ਵੇਖੇ ਕਿ ਕਿਸਾਨੀ ਨੂੰ ਮੁਨਾਫਾ ਬਖਸ਼ ਦਿੰਦਾ ਕਿਉਂ, ਤਾਂ ਕਿ ਫਿਰ ਕਰਜ਼ਾ ਹੀ ਨਾ ਉਹਨੇ ਸਿਰ 'ਤੇ ਚੜ੍ਹੇ, ਫਿਰ ਅਜੇ ਕਰਜ਼ਾ ਮਾਫ਼ ਕਰੇ। ਇਹ ਜਿਹਾ ਇਹਨੂੰ ਸਿਸਟਮ ਬਣਾ ਦੇਣ ਕਿ ਇਹ ਕਰਜ਼ਾ ਹੀ ਕਿਸਾਨ ਕਰਜ਼ਾ ਹੀ। ਦੇਖੋ, ਜਿੰਨੀਆਂ ਚੀਜ਼ਾਂ ਵੀ ਅਸੀਂ ਬਣਾਈਆਂ ਸਨ, ਭਾਵੇਂ ਵੱਡੀਆਂ ਯਾਦਗਾਰਾਂ ਬਣਾਈਆਂ ਸਨ, ਵਾਰ ਮੈਮੋਰੀਅਲ, ਭਗਵਾਨ ਵਾਲਮੀਕਿ ਜੀ ਦਾ ਵੀ ਖਾਲਸਾ ਹੈਰੀਟੇਜ ਕੰਪਲੈਕਸ, ਪਹਿਲਾਂ ਤਾਂ ਸਾਰਿਆਂ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਚਿੱਟਾ ਹਾਥੀ ਹੈ, ਹੁਣ ਉਹਦੀ ਕੋਈ ਮੁਰੰਮਤ ਨਹੀਂ ਕਰ ਰਹੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਾਲੇ ਦਾਲੇ, ਦੁਰਗਿਆਣਾ ਮੰਦਰ ਦੇ ਦਾਲੇ ਦਾਲੇ, ਬਹੁਤ ਕੁਛ ਕੀਤਾ ਸੀ। ਇਹ ਹੁਣ ਡਿਊਟੀ ਹੈ ਕਿ ਇਹਨੂੰ ਸੰਭਾਲਣ, ਅਤੇ ਹੋਰ ਵੀ ਕੁਛ ਕਰਨ, ਸੰਭਾਲਣ ਵੀ ਹੋਰ।